ਨਕੋਦਰ ਨਿਊਜ਼ ਰਿਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੇਸ਼ ਅੰਦਰ ਰੋਜ਼ਾਨਾ ਅਜਿਹੀਆਂ ਨਾਬਾਲਗ ਲੜਕੀਆਂ ਹਨ ਜੋ ਕਿ ਦਰਿੰਦਿਆਂ ਦੀ ਹਮੇਸ਼ਾ ਦਾ ਸ਼ਿਕਾਰ ਹੋ ਰਹੀਆਂ ਹਨ, ਪਰ ਹੁਣ ਪੈਸਿਆਂ ਦੀ ਖਾਤਰ ਆਪਸੀ ਰਿਸ਼ਤੇ ਨਾਤੇ ਵੀ ਤਾਰ ਤਾਰ ਹੁੰਦੇ ਜਾ ਰਹੇ ਹਨ। ਤਾਜ਼ਾ ਮਿਸਾਲ ਸਾਹਮਣੇ ਆਈ ਹੈ ਨਾਭਾ ਦੀ ਅਜਾਇਬ ਕਲੋਨੀ, ਜਿੱਥੇ ਮਾਮੀ ਦੇ ਘਰ ਰਹਿ ਰਹੀ 14 ਸਾਲੀ ਨਾਬਾਲਗ ਭਾਣਜੀ ਨੂੰ ਮਾਮੀ ਵੱਲੋਂ ਹੀ ਪੈਸਿਆਂ ਦੀ ਖਾਤਰ ਉਸ ਨਾਲ ਰੇਪ ਕਰਵਾਉਂਦੀ ਰਹੀ ਅਤੇ ਮਾਮੀ ਵੱਲੋਂ ਆਪਣੀ ਭਾਣਜੀ ਨੂੰ ਜ਼ਬਾਨ ਖੋਲ੍ਹਣ ਦੇ ਜਨ ਨੂੰ ਮਾਰਨ ਧਮਕੀਆਂ ਵੀ ਦਿੰਦੀ ਰਹੀ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀੜਤ ਲੜਕੀ ਨੇ ਸਾਰੀ ਘਟਨਾ ਆਪਣੇ ਮਾਮੇ ਅਤੇ ਮਾਸੀ ਨੂੰ ਦੱਸੀ। ਜਿਸ ਤੋਂ ਬਾਅਦ ਪੁਲਿਸ ਨੇ ਆਰੋਪੀ ਮਾਮੀ ਸਮੇਤ 3 ਹੋਰ ਆਰੋਪੀ ਨੂੰ ਗ੍ਰਿਫਤਾਰ ਕਰਕੇ ਧਾਰਾ 376-501 ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ 'ਤੇ ਨਾਭਾ ਕੋਤਵਾਲ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀਵਾਨਗੜ੍ਹ ਦੀ ਰਹਿਣ ਵਾਲੀ ਹੈ ਅਤੇ ਆਪਣੀ ਮਾਮੀ ਗਗਨਦੀਪ ਕੌਰ ਦੇ ਘਰ ਪਿਛਲੇ 2 ਮਹੀਨੇ ਤੋਂ ਰਹਿ ਰਹੀ ਸੀ, ਪਰ ਮਾਮੀ ਨੇ ਜ਼ਬਰਦਸਤੀ ਕੁਝ ਪੈਸੇ ਦੀ ਖਾਤਰ ਇਸ ਨੂੰ ਹੋਸ਼ ਦਾ ਸ਼ਿਕਾਰ ਬਣਾਉਣ ਲੱਗ ਪਈ ਅਤੇ ਨੌਜਵਾਨਾਂ ਤੋਂ ਕੁਝ ਪੈਸੇ ਲੈ ਕੇ ਇੱਕ ਨਹਾਉਣਾ ਕੰਮ ਕਰਵਾਉਂਦੀ ਰਹੀ। ਪੁਲਿਸ ਨੇ ਇਸ ਮਾਮਲੇ ਦੀ ਪੀੜਿਤ ਮਾਮੇ ਅਤੇ ਉਸਦੀ ਸਹੇਲੀ ਤੋਂ ਇਲਾਵਾ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਧਾਰਾ 376 ਪਾਸਕੋ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਕੱਲ੍ਹ ਸ਼ਾਮ ਨੂੰ ਕੁਲਵਿੰਦਰ ਕੌਰ ਵਾਈਫ ਆਫ ਕੁਲਵੰਤ ਸਿੰਘ ਵਾਸੀ ਭਰਾਜ ਜ਼ਿਲ੍ਹਾ ਸੰਗਰੂਰ ਨੇ ਆਪਣੇ ਭਾਈ ਲਾਲ ਸਿੰਘ ਦੇ ਨਾਲ ਅਤੇ ਆਪਣੀ ਭਾਣਜੀ ਹਰਪ੍ਰੀਤ ਦੇ ਨਾਲ ਮਿਲ ਕੇ ਸਾਨੂੰ ਆਪਣਾ ਬਿਆਨ ਲਿਖਾਇਆ ਸੀਗਾ ਕਿ ਜਿਹੜੀ ਮੇਰੇ ਇੱਥੇ ਨਾਨਕੇ ਨੇ ਹਰਪ੍ਰੀਤ ਕੌਰ ਦੇ ਅਜਾਇਬ ਕਲੋਨੀ ਦੇ ਵਿੱਚ, ਉਹਨੂੰ ਉਹਦੀ ਮਾਮੀ ਜਿਹੜੀ ਆ ਇੱਥੇ ਲੈ ਕੇ ਆਈ ਸੀ 1.5-2 ਮਹੀਨੇ ਤੋਂ ਮਿਲਣ ਵਾਸਤੇ। ਇੱਥੇ ਲਿਆ ਕੇ ਉਹਨੂੰ ਪਹਿਲਾਂ ਤਾਂ ਇੱਕ ਪਿੰਡ ਦੀਵਾਨਗੜ੍ਹ ਦਾ ਮੁੰਡਾ ਬਲਜਿੰਦਰ ਸਿੰਘ ਕਾਲਾ, ਉਹਦੇ ਨਾਲ ਜਿਹੜਾ ਉਹਦਾ ਗਲਤ ਕੰਮ ਕਰਾਤਾ, ਪੈਸੇ ਲਿੱਤੇ 800-800 ਰੁਪਈਆ। ਫਿਰ 2 ਬੰਦੇ ਹੋਰ ਸੀਗੇ ਜੀ, ਇੱਕ ਤਾਂ ਗਫੂਰ ਖਾਂ, ਉਹਦਾ ਬੇਟਾ ਅਸਮਾਨ ਖਾਂ, ਇਹ ਹੈਗਾ ਜੀ ਇੱਥੇ ਭੜੋ ਦਾ, ਅਤੇ ਇੱਕ ਇਹਦੇ ਦੀਵਾਨਗੜ੍ਹ ਦਾ ਇੱਕ ਬੰਦਾ ਜੀ ਜਿਹੜਾ 5ਵਾਂ ਬੰਦਾ, ਉਹਦਾ ਪੂਰਾ ਐਡਰੈਸ ਸਾਨੂੰ ਕਲੀਅਰ ਨਹੀਂ ਹੋਇਆ, ਇਹਦੀ ਇੰਟਰੋਗੇਸ਼ਨ ਕਰ ਰਹੇ ਹਾਂ। ਇਹ 4 ਜਣੇ ਅਸੀਂ ਜਿਹੜੀਆਂ ਅਰੈਸਟ ਕਰ ਲਈਆਂ, 2 ਲੇਡੀਜ਼ ਨੇ ਜਿਹਨਾਂ ਵਿੱਚ ਗਗਨਦੀਪ ਕੌਰ ਜਿਹੜੀ ਇਹਦੀ ਕੁੜੀ ਦੀ ਹਰਪ੍ਰੀਤ ਕੌਰ ਦੀ ਮਾਮੀ ਹੈ, ਅਤੇ ਇੱਕ ਉਹਦੇ ਨਾਲ ਪੂਜਾ ਵਾਈਫ ਆਫ ਗੁਰਮੇਲ ਖਾਂ ਹੈ, ਉਹ ਜਿਹਦੇ ਘਰ ਦੇ ਰੂਮ ਦੇ ਵਿੱਚ ਇਹ ਮਿਲਾਉਂਦੀ ਸੀਗੀ, ਅਤੇ ਇੱਕ ਬੰਦਾ ਹੈਗਾ ਜੀ ਜਿਹੜਾ ਬਲਜਿੰਦਰ ਸਿੰਘ ਕਾਲਾ, ਉਹ ਦੀਵਾਨਗੜ੍ਹ ਦਾ, ਇੱਕ ਜਿਹੜਾ ਹੈਗਾ ਜੀ ਅਸਗਰ ਖਾਂ ਹੈ, ਇਹ ਪਿੰਡ ਸ਼ਾਹਪੁਰ ਦਾ, ਧਾਰੋਂ ਕੀ ਜਿਹੜੀ ਹੈ ਡਾਂਡੇ ਪਾਂਡੇ ਦੀ ਦੁਕਾਨ ਕਰਦਾ। ਲੜਕੀ 15 ਸਾਲ ਦੀ ਆ ਜੀ, ਅਜੇ 14.5 ਸਾਲ ਦੀ ਆ ਉਹ, 30-10-2003 ਦਾ ਉਹਦਾ ਜਨਮ ਹੈ, 14.5 ਸਾਲ ਦੀ। ਲੜਕੀ ਨੇ ਆਪਣੇ ਜਿਹੜਾ ਹੈ ਮਾਮੇ ਨੂੰ ਅਤੇ ਆਪਣੀ ਮਾਸੀ ਨੂੰ ਸਾਰੀ ਗੱਲ ਦੱਸੀ ਹੈ। ਪਹਿਲਾਂ ਉਹਨਾਂ ਦੀ ਜਿਹੜੀ ਮਾਮੀ ਸੀਗੀ ਉਹ ਡਰਾਉਂਦੀ ਸੀਗੀ, ਮੇਰੇ ਕੋਲ ਅਸਲ ਆ, ਮੈਂ ਤੈਨੂੰ ਮਰਵਾ ਦੂੰਗੀ, ਤੇਰੇ ਮਾਮੇ ਨੂੰ ਵੀ ਮਰਵਾ ਦੂੰਗੀ, ਇਸ ਲਈ ਉਹ ਨਹੀਂ ਬੋਲੀ। ਕੱਲ੍ਹ ਉਹਨਾਂ ਜਿਹੜੀ ਮਾਮੀ ਨਹੀਂ ਸੀਗੀ ਤਾਂ ਕੁੜੀ ਨੇ ਰੋ ਕੇ ਆਪਣੀ ਮਾਸੀ ਨੂੰ ਔਰ ਆਪਣੇ ਮਾਮੇ ਨੂੰ ਦੱਸੀ ਹੈ ਸਾਰੀ ਗੱਲ। ਇਹਨਾਂ 'ਚ 376-506 IPC 3-4 ਪੋਸਕੋ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਅਤੇ ਤਫਤੀਸ਼ ਜਾਰੀ ਹੈ। ਇਹਨਾਂ 'ਚ 4 ਬੰਦਿਆਂ ਦੀ ਅਰੈਸਟ ਹੋ ਗਈ ਹੈ, ਪੁਲਿਸ ਰਿਮਾਂਡ ਲੈ ਕੇ ਅਗਲੀ ਜਿਹੜੀ ਕਾਰਵਾਈ ਹੈ ਅਸੀਂ ਅਮਲ 'ਚ ਲਿਆਵਾਂਗੇ। ਜਿਹੜੀ ਆ ਮਾਮੀ ਬਾਰੇ ਦੱਸ ਰਹੀ ਹੈ ਆਪਣੇ ਬਾਰੇ ਵੀ ਇਹ ਪਹਿਲਾਂ ਵੀ ਕਰੈਕਟਰਲੈਸ ਹੈ, ਇਹਨੇ ਕੋਈ ਹੋਰ ਬੰਦਾ ਵੀ ਰੱਖਿਆ ਹੋਇਆ, ਇਸ ਕਰਕੇ ਉਹ ਪੈਸਿਆਂ ਦੇ ਲਾਲਚ ਨੂੰ ਜਿਹੜੀ ਆ ਉਹਨੇ ਆਪਣੀ ਜਿਹੜੀ ਇਹ ਲੜਕੀ ਨੂੰ ਯੂਜ਼ ਕੀਤਾ ਓਵਰਆਲ ਪੈਸੇ ਕਰਕੇ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਇਹਨਾਂ 1.5-2 ਮਹੀਨੇ ਤੋਂ ਚਲਾ।